ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪਣੀ ਮਾਂ ਦੀ ਪੇਂਟਿੰਗ ਬਣਾਈ ਆ ਅਤੇ ਇਹਨਾਂ ਨੂੰ ਵਿਛੜਿਆਂ ਨੂੰ ਲਗਭਗ 10 ਮਹੀਨੇ ਹੋ ਗਏ ਸਾਡੇ ਕੋਲੋਂ। ਖੇਤ ਵਿੱਚ ਅਸੀਂ ਆਪਣੇ ਹੀ ਖੇਤ ਵਿੱਚ ਅਜੰਤਰ ਬੀਜਿਆ ਹੋਇਆ ਆਲੇ ਦੁਆਲੇ ਸਾਰੇ ਹਰਿਆਵਲ ਆ ਚਾਰੇ ਪਾਸੇ, ਤੋਂ ਆਪਣੇ ਮੋਟਰ ਦੇ ਕੋਠੇ 'ਤੇ ਬੀਬੀ ਦੀਆਂ ਫੋਟੋਆਂ ਵੀ ਲਾਈਆਂ ਹੋਈਆਂ ਨੇ ਅਤੇ ਤਾਂ ਕਿ ਸਾਰਿਆਂ ਨੂੰ ਸੇਧ ਮਿਲ ਸਕੇ ਅਤੇ ਸਾਨੂੰ ਸਾਡੀ ਮਾਂ ਯਾਦ ਆਉਂਦੀ ਰਹੇ, ਹੈ ਨਾ। ਅਤੇ ਬਾਕੀ ਉਹਦੇ ਵਿਛੜਨ ਦਾ ਗਾਵਾਂ ਜਿਹੜਾ ਬੜਾ ਸਾਨੂੰ ਬੜਾ ਦਿਲ ਬਹਿ ਗਿਆ ਸਾਡਾ ਉਹਦੇ ਵਿਛੜਨ ਨਾਲ। ਉਹਨੂੰ ਯਾਦ ਕਰਕੇ ਬੜਾ ਮਨ ਭਰਦਾ। ਮਾਵਾਂ ਨੂੰ ਭੁੱਲਿਆ ਨਹੀਂ ਜਾ ਸਕਦਾ, ਹੈ ਨਾ। ਜਿਨ੍ਹਾਂ ਦੀਆਂ ਵਿਛੜੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਵੀ ਮਾਵਾਂ ਬਹੁਤ ਕੀਮਤੀ ਹੁੰਦੀਆਂ ਨੇ, ਮਾਵਾਂ ਨੂੰ ਭੁੱਲਿਆ ਨਹੀਂ ਜਾ ਸਕਦਾ। ਸਾਥੋਂ ਸਾਡੀ ਮਾਂ ਵਿਛੜੀ, ਐਂ ਲੱਗਿਆ ਜਿਵੇਂ ਸਾਰਾ ਕੁਛ ਸਾਥੋਂ ਖਤਮ ਹੋ ਗਿਆ, ਸਾਰਾ ਕੁਛ ਸਾਡੇ ਕੋਲੋਂ ਚਲੇ ਗਿਆ ਜੀ। ਬਾਕੀ ਦੋਸਤੋ, ਤੁਸੀਂ ਵੀ ਆਪਣੀ ਮਾਂ ਦੀ ਪੇਂਟਿੰਗ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ। ਅਸੀਂ ਇਸ ਤਰ੍ਹਾਂ ਬੜੀ ਭਾਵਨਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਜਿਹੜੀ ਹੈਗੀ ਆ ਫੋਟੋ ਤਿਆਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ।